ਔਰ 12ਵੀਂ ਦੇ ਵਿੱਚ ਮੈਨੂੰ ਲੋਕੀ ਇਸ ਤਰ੍ਹਾਂ ਫੀਲ ਕਰਨ ਲੱਗ ਪਏ ਸੀ ਕਿ ਜੇ ਕਿਸੇ ਦੀ ਲੜਾਈ ਹੁੰਦੀ ਹੈ ਨਾ ਤੇ ਹਰ ਸਿਮਰਨ ਸਿੰਘ ਨੂੰ ਬੁਲਾ ਲਓ ਪਿੱਛੋਂ ਆ ਕੇ ਇੱਕ ਕਾਰ ਵੱਜੀ ਮੈਂ ਐਂਡ ਤੇ ਬੈਠਾ ਸੀ ਮੇਰੀ ਆ ਲੱਤ ਟੁੱਟ ਗਈ ਮੈਂ ਉਹਨਾਂ ਦੇ ਪੈਸੇ ਖਾ ਜਾਂਦਾ ਸੀ ਗੁੰਡਾਗਰਦੀ ਕਰਦਾ ਸੀ ਵੇਸਟ ਕਰਦਾ ਸੀ ਕੁਝ ਹੋਰ ਵੀ ਗਲਤ ਚੀਜ਼ਾਂ 'ਚ ਮੈਂ ਪੈ ਗਿਆ ਸੀ ਮੈਂ ਤਕਰੀਬਨ 19ਵਾਰੀ ਕਾਲਜ ਦੇ ਵਿੱਚੋਂ ਸਸਪੈਂਡ ਹੋਇਆ ਇਸ ਤਰ੍ਹਾਂ ਮੈਨੂੰ ਉਹਨਾਂ ਨੇ ਕਿਹਾ ਕਿ ਤੂੰ ਚਲੇ ਜਾਇਆ ਤੂੰ ਦਫਾ ਹੋ ਜਾ ਜੀ ਨੂੰ ਕਹਿੰਦੇ ਆ ਨਾ ਅੱਖਾਂ 'ਚੋਂ ਹੰਝੂ ਡਿੱਗਦੇ ਡਿੱਗਦੇ ਮੈਂ ਆਪਣੇ ਆਪ ਨੂੰ ਕੋਸਦਾ ਜਿਸ ਬੰਦੇ ਤੋਂ ਮੈਂ ਨਫ਼ਰਤ ਕੀਤੀ ਕਾਲਜ ਦੇ ਵਿੱਚ ਮੈਂ ਪ੍ਰੈਕਟਿਸ ਦੇ ਵਿੱਚ ਉਸ ਬੰਦੇ ਦਾ ਕੇਸ ਲੜਿਆ 40 ਸਾਲ ਬੀਤ ਗਏ ਜ਼ਿੰਦਗੀ ਤੇ ਕਦੀ ਆਪਣੇ ਬਾਰੇ ਕਿਸੇ ਨੂੰ ਦੱਸਿਆ ਹੀ ਨਹੀਂ 40 ਸਾਲਾਂ ਬਾਅਦ ਮੈਂ ਧੰਨਵਾਦ ਕਰਦਾ ਵਾਂ ਜੋਸ਼ ਟਾਕਸ ਜਿਨ੍ਹਾਂ ਨੇ ਆਪਣੇ ਬਾਰੇ ਦੱਸਣ ਦਾ ਸਾਨੂੰ ਮੌਕਾ ਦਿੱਤਾ ਕੋਸ਼ਿਸ਼ ਕਰਾਂਗਾ ਆਪਣੇ ਆਪ ਨੂੰ ਅੱਜ ਤੁਹਾਡੇ ਰੂਬਰੂ ਕਰਾਵਾਂ ਕਿ ਤੁਹਾਨੂੰ ਵੀ ਪਤਾ ਲੱਗੇ ਹਰਸਿਮਰਨ ਸਿੰਘ ਕੌਣ ਆ ਸ਼ਾਰਟ ਬਰੀਫ ਇੰਟਰੋਡਕਸ਼ਨ ਦੇ ਵਿੱਚ ਮੈਂ ਐਡਵੋਕੇਟ ਹਾਂ ਡਿਸਟ੍ਰਿਕਟ ਕੋਰਟ ਅੰਮ੍ਰਿਤਸਰ ਦੇ ਵਿੱਚ ਪ੍ਰੈਕਟਿਸ ਕਰਦਾ ਹਾਂ ਮੈਂ ਜਿਹੜੀ ਸਕੂਲਿੰਗ ਕੀਤੀ ਉਹ ਸਕੂਲਿੰਗ ਕੀਤੀ ਸਾਡਾ ਆਪਣਾ ਸਕੂਲ ਸੀ ਤੁਸੀਂ ਸੋਚ ਸਕਦੇ ਹੋਵੋਗੇ ਆਪਣਾ ਸਕੂਲ ਹੋਏਗਾ ਤਾਂ ਮੈਂ ਕਿੰਨਾ ਕੁ ਪੜਿਆ ਹੋਵਾਂਗਾ ਆਪਣਾ ਜਦੋਂ ਸਕੂਲ ਸੀ ਉਹਦੇ ਵਿੱਚ ਜਿਹੜੇ ਕਲਾਸਮੇਟ ਸੀ ਉਹ ਵੀ ਫੀਲ ਹੁੰਦਾ ਸੀ ਕਿ ਜਿਵੇਂ ਮੇਰੇ ਸਟੂਡੈਂਟਸ ਨੇ ਕਿਉਂਕਿ ਮੇਰਾ ਸਕੂਲ ਸੀ ਮੈਂ ਜਿਹੜੀ ਸਾਡੀ ਸਭ ਤੋਂ ਵੱਡੀ ਦੁਸ਼ਮਣ ਹੈ ਮੈਂ ਛੋਟੇ ਹੁੰਦੇ ਤੋਂ ਹੀ ਉਹ ਮੈਂ ਜਿਹੜੀ ਆਪਣੇ ਸਕੂਲ ਕਰਕੇ ਸਾਡੇ ਅੰਦਰ ਮੇਰੇ ਅੰਦਰ ਭਰਨੀ ਸ਼ੁਰੂ ਹੋ ਗਈ ਕਵੈਸਚਨ ਪੇਪਰ بڑے ਘਰ ਦੇ ਮੇਰੇ ਲੁਕਾ ਕੇ ਰੱਖਦੇ ਸੀ ਜਿਹੜੇ ਆਪਾਂ ਪੇਪਰ ਦੇਣੇ ਹੁੰਦੇ ਸੀ ਦੋ ਲਾਈਨਾਂ ਵਾਲਾ ਪੇਪਰ ਹੁੰਦਾ ਸੀ ਔਰ ਚ ਆਨਸਰ ਭਰਨੇ ਹੁੰਦੇ ਸੀ ਔਰ ਮੈਨੂੰ ਯਾਦ ਹੈ ਕਿ ਮੈਂ ਨਰਸਰੀ ਤੋਂ ਲੈ ਕੇ ਚੌਥੀ ਤੱਕ ਸਾਡਾ ਸਕੂਲ ਉਦੋਂ 5ਵੀਂ ਤੱਕ ਸੀ ਪਰ ਚੌਥੀ ਜੀ ਮੈਨੂੰ ਉਹ ਸਕੂਲ ਚੋਂ ਹਟਾਉਣਾ ਪੈ ਗਿਆ ਕਿਉਂਕਿ ਮੈਂ ਕਵੈਸਚਨ ਪੇਪਰ ਸਾਰੇ ਜਿਹੜੇ ਨੇ ਸਾਡੇ ਘਰ 'ਚ ਹੀ ਹੁੰਦੇ ਸੀ ਤੇ ਮੈਂ ਉਹਨਾਂ ਨੂੰ ਖੋਲ ਕੇ ਪੜ੍ਹ ਲੈਣਾ ਤੇ ਅਗਲੇ ਦਿਨ ਮੇਰੇ ਨੰਬਰ ਵੀ ਪੂਰੇ ਆਨੇ ਟੀਚਰਾਂ ਵੀ ਡਰਦੀਆਂ ਸੀ ਕਿਉਂਕਿ ਸਕੂਲ ਸਾਡਾ ਸੀ ਤੇ ਮੈਨੂੰ ਉਹਨਾਂ ਨੇ ਜਿਹੜਾ ਸਕੂਲ ਵਾਲਿਆਂ ਦਾ ਮੁੰਡਾ ਵਾ ਉਹਨੂੰ ਪੂਰੇ ਨੰਬਰ ਦੇਨੇ। ਇਹ ਸਿਚੁਏਸ਼ਨਸ ਦੇ ਵਿੱਚ ਸਮਝੋ ਕਿ ਸ਼ੁਰੂ ਚ ਹੀ ਜਿਹੜੀ ਕਰਪਸ਼ਨ ਮੇਰੀ ਨੇਚਰ ਦੇ ਵਿੱਚ ਆ ਗਈ ਔਰ ਉਸ ਕਰਪਸ਼ਨ ਦੇ ਨਾਲ ਮੈਂ ਗਰੋ ਹੋਣਾ ਸ਼ੁਰੂ ਹੋਇਆ ਤੇ ਮੈਨੂੰ ਚੌਥੀ ਦੇ ਵਿੱਚ ਸਕੂਲ ਤੋਂ ਇਹਨਾਂ ਨੇ ਹਟਾ ਦਿੱਤਾ। ਫਿਰ ਸੇਂਟ ਫਰਾਂਸਿਸ ਕਨਵੈਂਟ ਸਕੂਲ ਦੇ ਵਿੱਚ ਮੈਨੂੰ ਪਾਇਆ ਗਿਆ। ਹੁਣ ਇੱਥੇ ਤੇ ਮੈਂ ਕੁਐਸਚਨ ਪੇਪਰ ਜਿਹੜੇ ਆ ਪੜ੍ਹ ਲੈਂਦਾ ਸੀ। ਉਥੇ ਤੇ ਮੈਨੂੰ ਕਿਸੇ ਨੇ ਦਿਖਾਣੇ ਨਹੀਂ ਬੜੇ ਔਖੇ ਸਕੂਲ ਪਾਤਾ ਇਹਨਾਂ ਨੇ ਮੈਨੂੰ ਮੇਰੇ ਘਰ ਦਿਆਂ ਨੇ ਮੈਂ ਵੀ ਉਹਨਾਂ ਨਾਲ ਗਿਲਾ ਅੱਜ ਤੱਕ ਰੱਖਦਾ ਵਾਂ ਕਿ ਤੁਸੀਂ ਮੈਨੂੰ ਇੰਨੇ ਔਖੇ ਸਕੂਲ ਪਾਤਾ ਉਸ ਤੋਂ ਬਾਅਦ ਮੇਰੀ ਲਾਈਫ ਦਾ ਉਹਲਾ ਪੜਾਅ ਸ਼ੁਰੂ ਹੋਇਆ ਜਿਹਦੇ ਵਿੱਚ ਮੈਂ ਗਲਤ ਜਿਹੜੇ ਦੋਸਤ ਸੀ ਜਿਹੜੀ ਗਲਤ ਸੰਗਤ ਸੀ ਉਹਦੇ ਵਿੱਚ ਪੈ ਗਿਆ 11ਵੀਂ 12ਵੀਂ ਜਿਹੜਾ ਹਰ ਇੱਕ ਇਨਸਾਨ ਦੇ ਵਿੱਚ 11ਵੀਂ 12ਵੀਂ ਦਾ ਬਹੁਤ ਵੱਡਾ ਰੋਲ ਹੁੰਦਾ ਮੈਂ ਆਪਣੇ ਆਪ ਨੂੰ ਜ਼ਿਆਦਾ ਕਮਾਂਗਾ ਕਿਉਂਕਿ ਮੈਂ ਲਾਈ ਲਗ ਹੋ ਕੇ ਜੋ ਸਾਰੇ ਕਰਦੇ ਸੀ ਮੇਰੀ ਕੋਸ਼ਿਸ਼ ਹੁੰਦੀ ਸੀ ਮੈਂ ਵੀ ਉਹੀ ਕਰਾਂ ਤੇ ਮੈਂ ਮੈਡੀਕਲ ਚੂਜ਼ ਕਰ ਲਈ ਔਰ ਤੁਸੀਂ ਸੋਚ ਸਕਦੇ ਹੋ ਕਿ ਜਿਨੇ 5ਵੀਂ ਤੱਕ ਪੇਪਰ ਆਪਣੇ ਆਪ ਵੇਖੇ ਔਰ ਸੇਂਟ ਫਰਾਂਸਿਸ ਤੋਂ ਬੜੇ ਘੱਟ ਨੰਬਰਾਂ ਨਾਲ ਜੋੜਾ ਬੱਚਾ ਪਾਸ ਹੋਇਆ ਤੇ ਉਹਨੂੰ ਉਹਨੇ ਮੈਡੀਕਲ ਚੂਜ਼ ਕਰ ਲਈ ਔਰ ਮੈਡੀਕਲ ਦੇ ਵਿੱਚ ਬਾਇਓਲੋਜੀ, ਕੈਮਿਸਟਰੀ, ਫਿਜ਼ਿਕਸ ਤਿੰਨ ਸਬਜੈਕਟ ਮੇਨ ਹੁੰਦੇ ਸੀ ਔਰ ਉਹ ਤਿੰਨ ਸਬਜੈਕਟਸ ਦੀਆਂ ਟਿਊਸ਼ਨਸ ਰੱਖ ਲਈਆਂ ਰਾਣੀ ਕੇ ਬਾਗ ਦੇ ਵਿੱਚ ਫਿਰ ਸ਼ੁਰੂ ਹੋ ਗਿਆ ਉਹੀ ਕੰਮ ਕਾਟੂਸ਼ਨਾਂ ਦੇ ਪੈਸੇ ਮਿਲਨੇ ਮੈਨੂੰ ਪਰ ਮੈਂ ਉਹ ਪੈਸੇ ਜਿਹੜੇ ਸਾਰੇ ਖਾ ਜਾਣੇ ਕੋਈ ਟਿਊਸ਼ਨ ਤੇ ਨਾ ਜਾਣਾ ਔਰ ਪਾਸ ਕਿੱਥੋਂ ਹੋਣਾ ਸੀ ਖਾਲਸਾ ਕਾਲਜ ਦੇ ਵਿੱਚ ਜਦੋਂ 11ਵੀਂ ਦੇ ਪੇਪਰ ਦਿੱਤੇ ਤੇ ਮੇਰੀ ਕੈਮਿਸਟਰੀ ਦੇ ਵਿੱਚ ਕੰਪਾਰਟਮੈਂਟ ਆ ਗਈ ਮੇਰੇ ਫਾਦਰ ਜਿਹੜੇ ਫਿਜ਼ਿਕਸ ਦੇ ਲੈਕਚਰਰ ਯੂਨੀਵਰਸਿਟੀ ਉਹਨਾਂ ਵਾਸਤੇ ਬੜੀ ਨਮੋਸ਼ੀ ਦੀ ਹਾਲਤ ਸੀ ਮੇਰੇ ਮਦਰ ਜਿਹੜੇ ਆਪਣਾ ਸਕੂਲ ਚਲਾ ਰਹੇ ਸੀ ਉਹਨਾਂ ਦੀ ਨਮੋਸ਼ੀ ਦੀ ਹਾਲਤ ਸੀ ਖਾਲਸਾ ਕਾਲਜ ਨੇ ਇੱਕ ਕੰਡੀਸ਼ਨ ਰੱਖਤੀ ਕਿ ਇਹਨੂੰ 12ਵੀਂ ਦੇ ਦਾਂਗੇ ਤੁਸੀਂ ਮੈਡੀਕਲ ਚੇਂਜ ਕਰਵਾ ਦਿਓ ਮੈਡੀਕਲ ਚੇਂਜ ਕਰ ਲਈ ਮੈਂ ਮੈਡੀਕਲ ਤੋਂ ਮੈਂ ਨਾਨ ਮੈਡੀਕਲ ਸਟੈਪ ਕਰ ਗਿਆ ਨਾਨ ਮੈਡੀਕਲ ਦੇ ਵਿੱਚ ਜ਼ਿੰਦਗੀ ਚ ਸਭ ਤੋਂ ਵੱਡਾ ਪਹਾੜ ਜਿਹੜਾ ਮੇਰੀ ਲਾਈਫ ਦਾ ਸੀ ਇੰਜੀਨੀਅਰਿੰਗ ਬਣਨ ਦਾ ਸੁਪਨਾ ਕਿ ਮੈਥ ਜ਼ਰੂਰੀ ਹੈ ਨਾਨ ਮੈਡੀਕਲ ਮੀਨਸ ਮੈਥ ਬਾਕੀ ਸਬਜੈਕਟ ਉਹੀ ਮੈਥ ਆ ਗਿਆ ਔਰ 33 ਨੰਬਰ ਮੇਰੇ 10ਵੀਂ ਚ ਸੇਂਟ ਫਾਂਨਸਿਸ ਸਕੂਲ ਮੈਥ ਚਾਹੀ ਸੀ ਮੈਂ ਮੈਥ ਕਿੱਥੋਂ ਕਰ ਲੈਣਾ ਸੀ ਮੇਰੀ ਉਹ ਸਾਲ ਵੇਸਟ ਹੋਇਆ ਔਰ ਅੱਧੇ ਟਿਨਿਓਰ ਦੇ ਵਿੱਚ ਮੈਨੂੰ ਮੈਡੀਕਲ ਛੱਡਣੀ ਪੈ ਗਈ ਜਦੋਂ ਮੈਂ ਮੈਡੀਕਲ ਛੱਡੀ ਤੇ ਮੈਡੀਕਲ অপਸ਼ਨ ਆਈ ਹੁਣ ਮੈਂ ਕੀ ਕਰਾਂਗਾ ਦੋ ਸਟਰੀਮਸ ਦੇ ਮੇਰੀਆਂ ਲੰਘੀਆਂ ਨਾਨ ਮੈਡੀਕਲ ਚਲਾ ਗਿਆ ਮੈਡੀਕਲ ਚਲਾ ਗਿਆ ਮੈਂ ਚੂਜ਼ ਕਰ ਲਿਆ ਕਾਮਰਸ ਖਾਲਸਾ ਕਾਲਜ 12ਵੀਂ ਦੇ ਵਿੱਚ ਮੈਂ ਅੱਧੇ ਪੀਰੀਅਡ ਦੇ ਵਿੱਚ ਕਾਮਰਸ ਚੂਜ਼ ਕੀਤਾ ਉਹਨਾਂ ਨੇ ਮੇਰੀ ਐਡਮਿਸ਼ਨ ਕਰ ਲਈ ਜਦੋਂ ਮੈਂ ਖਾਲਸਾ ਕਾਲਜ ਤਿੰਨ ਚਾਰ ਮਹੀਨਿਆਂ ਬਾਅਦ ਗਿਆ ਸਾਰੇ ਬੱਚਿਆਂ ਦਾ ਨਾਮ ਲੈਂਦੇ ਸੀ ਅਮਨਦੀਪ ਸਿੰਘ ਯੈਸ ਮੈਮ ਸਾਰਿਆਂ ਦਾ ਨਾਮ ਲੈਂਦੇ ਸੀ ਮੇਰਾ ਪਹਿਲੇ ਦਿਨ ਉਹਨਾਂ ਨੇ ਨਾਂ ਹੀ ਨਹੀਂ ਲਿਆ ਕਿਉਂਕਿ ਮੈਂ ਤਿੰਨ ਚਾਰ ਮਹੀਨਿਆਂ ਬਾਅਦ ਗਿਆ ਸੀ ਤੇ ਮੈਂ ਆਪਣਾ ਹੈਂਡ ਰੇਜ਼ ਕੀਤਾ ਤੇ ਮੈਨੂੰ ਪੁੱਛਿਆ ਕਿ ਮੈਨੂੰ ਤੁਸੀਂ ਮੇਰੀ ਅਟੈਂਡੈਂਸ ਨਹੀਂ ਲੱਗੀ ਉਹ ਕਹਿੰਦੇ ਕਿ ਤੁਸੀਂ ਦੋ ਦਿਨ ਵੀ ਨਹੀਂ ਆਏ ਨਹੀਂ ਤੁਹਾਡਾ ਨਾਮ ਸਟੱਕ ਆਫ ਕਰ ਦਿੱਤਾ ਹੁਣ ਜ਼ਿੰਦਗੀ ਦੇ ਵਿੱਚ ਮੈਡੀਕਲ ਵੀ ਗਿਆ ਨਾਨ ਮੈਡੀਕਲ ਵੀ ਗਿਆ ਕਮਰਸ ਜੋ ਮੈਨੂੰ ਕੱਢ ਦਿੱਤਾ ਗਿਆ ਪਰ ਮੈਂ ਇਹ ਗੱਲ ਘਰੇ ਨਹੀਂ ਦੱਸ ਸਕਦਾ ਸੀ ਕਿਉਂਕਿ ਰੀਜ਼ਨ ਸੀ ਕਿ ਮੈਂ ਆਲਰੈਡੀ ਉਹਨਾਂ ਦੇ ਬੜੇ ਪੈਸੇ ਵੇਸਟ ਕਰ ਚੁੱਕਾ ਸੀ ਤੇ ਮੈਂ ਜਿਹੜੀ ਕਮਰਸ ਹੈ ਉਸ ਤੋਂ ਪਰ ਅਲਟੀਮੇਟਲੀ ਇਹ ਗੱਲ ਮੇਰੇ ਮਦਰ ਨੂੰ ਪਤਾ ਲੱਗ ਗਈ ਮੈਨੂੰ ਬਹੁਤ ਜ਼ਿਆਦਾ ਉਰਤੇ ਛਿੜਕਾਂ ਪਈਆਂ ਗਾਲਾਂ ਪਈਆਂ ਔਰ ਸਾਰੇ ਮੈਨੂੰ ਵੇਖਣ ਲੱਗ ਪਏ ਕਿ ਮੈਂ ਮਤਲਬ ਮੈਨੂੰ ਆਫ ਫੀਲ ਹੋਣਾ ਸ਼ੁਰੂ ਹੋ ਗਿਆ ਕਿ ਮੈਂ ਕੱਲਾ ਕੱਲਾ ਸਾਨਾ ਆਪਣੇ ਪੇਰੈਂਟਸ ਦਾ ਤੇ ਮੈਂ ਬੋਝ ਬਣ ਗਿਆ ਇੱਕ ਐਜੂਕੇਸ਼ਨਿਸਟ ਫੈਮਿਲੀ ਜਿਨ੍ਹਾਂ ਦੀ ਫੈਮਿਲੀ ਦੇ ਵਿੱਚ ਪੜ੍ਹਾਈ ਆ ਜਿਹਦੇ ਕਜ਼ਨ ਜਿਹੜੇ ਨੇ ਮੇਰੇ ਤਾਇਆ ਜੀ ਨਾਮੀ ਸਰਜਨ ਅੱਖਾਂ ਦੇ ਮੇਰੇ ਤਾਈ ਜੀ ਬੱਚਿਆਂ ਦੇ ਨਾਮੀ ਡਾਕਟਰ ਮੇਰੇ ਫਾਦਰ ਜਿਹੜੇ ਨੇ ਯੂਨੀਵਰਸਿਟੀ ਦੇ ਵਿੱਚ ਲੈਕਚਰਰ ਫਿਜ਼ਿਕਸ ਦੇ ਮਦਰ ਮੇਰੇ ਸਕੂਲ ਚ ਲਾਂਦੇ ਆ ਗ੍ਰੈਂਡ ਮੇਰੇ ਫਾਦਰ ਨੇ ਹਿਸਟੋਰੀਅਨ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੈਡ ਆਫ ਦਿ ডিপਾਰਟਮੈਂਟ ਹਿਸਟਰੀ ਦੇ 6 ਸਿਕ ਸਟੱਡੀਜ਼ ਦੇ ਹਿਸਟਰੀ ਦੇ ਤੇ ਮੈਂ ਜਿਹੜਾ ਵਾ ਮੇਰਾ ਜਿਹੜਾ ਟਾਸਕ ਸੀ ਉਹ ਸਿਰਫ ਛਰਾਰਤਾ ਸਿਰਫ ਨਾ ਪੜਨਾ ਪੈਸੇ ਵੇਸਟ ਕਰਨੇ ਮੈਨੂੰ ਯਾਦ ਹੈ ਹਰ ਸਬਜੈਕਟ ਦੀ ਮੈਂ ਟਿਊਸ਼ਨ ਰੱਖੀ ਪਰ ਮੈਂ ਕਦੀ ਵੀ ਟਿਊਸ਼ਨ ਤੇ ਨਹੀਂ ਗਿਆ ਉਹ ਸਾਰੇ ਪੈਸੇ ਮੈਂ ਵੇਸਟ ਕਰਦਾ ਸੀ ਰੋਜ਼ ਸਵੇਰੇ ਆਪਣੇ ਸਕੂਟਰ ਫੜ ਕੇ ਮੈਨੂੰ ਗੁਰਦੁਆਰਿਆਂ ਦੇ ਦਰਸ਼ਨ ਕਰਨ ਦਾ ਬੜਾ ਸ਼ੌਂਕ ਜਾਗ ਗਿਆ 11ਵੀਂ ਤੇ 12ਵੀਂ ਮੈਂ ਗੁਰਦੁਆਰਿਆਂ ਦੇ ਦਰਸ਼ਨ 45 ਕਿਲੋਮੀਟਰ ਅੰਮ੍ਰਿਤਸਰ ਤੋਂ ਦੂਰ ਬਾਬਾ ਬੁੱਢਾ ਜੀ ਜਾਣਾ ਰਮਦਾਸ ਜਾਣਾ ਮੈਂ ਧਿਆਨੇ ਜਾਣਾ ਅਸੀਂ ਗੁਰਦੁਆਰਿਆਂ ਤਿੰਨ-ਤਿੰਨ ਡ੍ਰਿਪਲਿੰਗ ਕਰਕੇ ਬੁਰੇ ਹਾਲ ਦੇ ਨਾਲ ਅਸੀਂ ਜਾਣਾ ਔਰ ਇਹ ਇਹ ਜਿਹੜੀਆਂ ਅਲਟੀਮੇਟ ਚੀਜ਼ਾਂ ਸੀ ਮੇਰੀ ਲਾਈਫ ਦੀਆਂ ਇਹ ਬਦਮਾਸ਼ੀ ਦੇ ਨਾਲ ਕਨੈਕਟ ਹੋਣੀਆਂ ਸ਼ੁਰੂ ਹੋ ਗਈਆਂ ਗੁੰਡਾਗਰਦੀ ਦੇ ਨਾਲ ਕਨੈਕਟ ਹੋਣੀਆਂ ਸ਼ੁਰੂ ਹੋ ਗਈਆਂ ਔਰ 12ਵੇਂ ਦੇ ਵਿੱਚ ਮੈਨੂੰ ਲੋਕੀ ਇਸ ਤਰ੍ਹਾਂ ਫੀਲ ਕਰਨ ਲੱਗ ਪਏ ਸੀ ਕਿ ਜੇ ਕਿਸੇ ਦੀ ਲੜਾਈ ਹੁੰਦੀ ਹੈ ਨਾ ਤੇ ਹਰ ਸਿਮਰਨ ਸਿੰਘ ਨੂੰ ਬੁਲਾ ਲਓ ਮੇਰਾ ਸ਼ਾਰਟ ਨੇਮ ਸੀ ਅੱਜ ਡਿਸਕਲੋਜ਼ ਕਰ ਰਿਹਾ ਹਾਂ ਕਦੀ ਨਹੀਂ ਦੱਸਿਆ ਬਾਬਾ ਬਾਬੇ ਨੂੰ ਬੁਲਾ ਲਓ ਸਕੂਟਰ ਦੀ ਨੰਬਰ ਪਲੇਟ ਤੇ ਬਾਬਾ ਲਿਖਿਆ ਹੋਇਆ ਨੰਬਰ ਨਹੀਂ ਲਿਖਿਆ ਹੋਇਆ ਔਰ ਕਿਸੇ ਪੁਲਸ ਵਾਲੇ ਦੀ ਜਰੂਰਤ ਨਹੀਂ ਹੈ ਮੈਨੂੰ ਕੋਈ ਰੋਕ ਲਵੇ ਪਰ ਮੇਰੇ ਬੈਕਗ੍ਰਾਉਂਡ 'ਚ ਕੋਈ ਗੁੰਡਾਗਰਦੀ ਨਹੀਂ ਪਰ ਮੇਰਾ ਇਨਾ ਕੋ ਹੌਸਲਾ ਵੱਧ ਗਿਆ ਜਿਹੜੇ 2 ਸਾਲ ਚ ਕੁਝ ਬੰਨਣਾ ਸੀ ਮੈਂ 2 ਸਾਲ ਹੀ ਵੇਸਟ ਕਰ ਦਿੱਤੇ ਮੈਂ ਇੱਕ ਇਨਸੀਡੈਂਟ ਦੱਸਣਾ ਤੁਹਾਨੂੰ ਕਿ ਮੈਂ ਨਾ ਇੱਕ ਵਾਰੀ ਕਿਤੇ ਲੜਾਈ ਹੋ ਗਈ ਤੇ ਟ੍ਰਿਪਲਿੰਗ ਕਰ ਰਹੇ ਸੀ ਵੈਸਪ ਸਕੂਟਰ ਤੇ ਔਰ ਮੈਂ ਸਭ ਤੋਂ ਪਿੱਛੇ ਬੈਠਾ ਹੋਇਆ ਸੀ ਮਸ ਲੱਗਰ ਫੜਿਆ ਹੋਇਆ ਸੀ ਇਹ ਉਦੋਂ ਦੀ ਗੱਲ ਹੈ ਜਦੋਂ ਮੈਂ ਕਮਰਸ ਦੇ ਵਿੱਚੋਂ ਮੈਨੂੰ ਕੱਢ ਦਿੱਤਾ ਗਿਆ ਕਿ ਤੂੰ ਤੇ ਆਇਆ ਨਹੀਂ ਇਸ ਕਰਕੇ ਖਾਲਸਾ ਕਾਲਜ ਨੇ ਤੇਰਾ ਨਾਮ ਸਟੱਕ ਕਰ ਦਿੱਤਾ ਰਜਿਸਟਰ ਦੇ ਵਿੱਚੋਂ ਹਨ ਰੋਲ ਦੇ ਵਿੱਚੋਂ ਤੂੰ ਯੂ ਆਰ ਨਾਟ ਅ ਸਟੂਡੈਂਟ ਆਫ ਖਾਲਸਾ ਕਾਲਜ ਨਾਊ ਇਨ ਕਾਮਰਸ ਮੈਂ ਉੱਥੇ ਅਸੀਂ ਜਾ ਰਹੇ ਹਾਂ ਰਾਣੀਗਪਾਗ ਦੇ ਵਿੱਚ ਦੇਖੋ ਰੱਬ ਦੀ ਕਰਨੀ ਹੁੰਦੀ ਹੈ ਪਿੱਛੋਂ ਆ ਕੇ ਇੱਕ ਕਾਰ ਵੱਜੀ ਮੈਂ ਐਂਡ ਤੇ ਬੈਠਾ ਸੀ ਮੇਰੀ ਇਹ ਲੱਤ ਟੁੱਟ ਗਈ ਸਲਗਰ ਮੇਰੇ ਹੱਥ ਹੈ ਮੇਰੀ ਲੱਤ ਟੁੱਟ ਗਈ ਕਿਉਂਕਿ ਮੈਂ ਕੁਝ ਬੁਰਾ ਕਰਨ ਜਾ ਰਿਹਾ ਸੀ ਕੁਝ ਪੁਆਇੰਟਸ ਨੇ ਮੇਰੀ ਲਾਈਫ ਨੂੰ ਚੇਂਜ ਕਰਨਾ ਸ਼ੁਰੂ ਕੀਤਾ ਮੈਂ ਕਹਿੰਦਾ ਜਦੋਂ ਵੀ ਮੈਂ ਕੁਝ ਗਲਤ ਕਰਦਾ ਤੇ ਉਹਦਾ ਰਿਜ਼ਲਟ ਲੋਕੀ ਤੇ ਕਹਿੰਦੇ ਨਾ ਅਗਲੇ ਜਨਮ ਚ ਮਿਲਣਾ ਉਦੋਂ ਹੋਣਾ 84 ਲੱਖ ਜੂਨਾ ਮੈਨੂੰ ਤੇ ਉਸੇ ਵੇਲੇ ਰਿਜ਼ਲਟ ਮਿਲਦਾ ਮੈਂ ਆਪਣੀ ਮਾਂ ਨਾਲ ਔਖਾ ਬੋਲਦਾ ਤੇ ਘਰੋਂ ਬਾਹਰ ਨਿਕਲਦਾ ਤੇ ਥੁੱਡ ਵੱਜਦਾ ਮੇਰਾ ਨਾਉ ਟੁੱਟ ਜਾਂਦਾ ਜੇ ਮੈਂ ਕਿਸੇ ਨਾਲ ਲੜਨ ਚੱਲਿਆ ਵਾਂ ਤੇ ਮੇਰੀ ਲੱਤ ਟੁੱਟ ਗਈ ਹੈ ਜੇ ਮੈਂ ਟਿਊਸ਼ਨ ਦੇ ਪੈਸੇ ਖਾਦੇ ਆ ਤੇ ਮੈਨੂੰ ਕਾਲਜ ਤੋਂ ਕੱਢ ਦਿੱਤਾ ਗਿਆ ਤੇ ਜੇ ਮੈਂ ਟਿਊਸ਼ਨਾਂ ਨਹੀਂ ਪੜਿਆ ਤੇ ਨਾ ਮੇਰੇ ਕੋਲ ਮੈਡੀਕਲ ਹੋਈ ਨਾ ਮੇਰੇ ਕੋਲ ਨਾਨ ਮੈਡੀਕਲ ਹੋਈ ਔਰ ਇੰਨਾ ਫੈਡ ਅਪ ਆਪਣੀ ਲਾਈਫ ਤੋਂ ਜਦੋਂ ਮੇਰੀ ਹੱਲ ਟੁੱਟੀ ਐ ਮੈਂ ਥੋੜਾ ਜਿਹਾ ਆਪਣੇ ਅੰਦਰ ਜਜ਼ਬਾ ਲਿਆਂਦਾ ਮੈਂ ਕਿਹਾ ਹੁਣ ਨਾ ਇਸ ਪਰਿਵਾਰ ਨੂੰ ਮੈਂ ਹੋਰ ਡਾਊਨ ਨਹੀਂ ਹੋਰ ਦੰਦੇਣਾ ਤੇ ਮੈਂ ਪ੍ਰਾਈਵੇਟ ਆਰਟਸ ਨੂੰ ਚੂਜ਼ ਕੀਤਾ ਔਰ ਉਹਦੇ ਨਾਲ ਪਹਿਲੀ ਵਾਰੀ ਪੰਜਾਬ ਦੇ ਵਿੱਚ ਸ਼ੁਰੂ ਹੋਈ 5 ਸਾਲਾਂ ਦੀ ਲਾ ਜਿਹਨੂੰ ਕਹਿੰਦੇ ਸੀ ਓਨਰਜ਼ ਇਨ ਲਾ ਕਿਉਂਕਿ ਮੈਨੂੰ ਕਿਸੇ ਨੇ ਦੱਸਿਆ ਕਿ ਤੇਰੇ ਕੋ ਸਾਰੀਆਂ ਸਟਰੀਮਸ ਮੁੱਕ ਗਈਆਂ ਆਰਟਸ ਵਾਲਿਆਂ ਵਾਸਤੇ ਲਾ ਕਰਨੀ ਬੜੀ ਸੌਖੀ ਐ ਔਰ ਜਿਹੜੀ ਕਾਨੂੰਨ ਦੀ ਪੜ੍ਹਾਈ ਐ ਉਦੇਚ ਵੀ ਹੁਣ ਅੱਗੇ ਨਾ ਫੈਮਲੀਜ਼ ਕੋਈ ਲਾਇਰ ਨਾ ਕੋਈ ਅੱਗੋਂ ਲਾਇਰ ਨਾ ਕੋਈ ਪਿੱਛੋਂ ਲਾਇਰ ਨੇੜੇ ਰਿਸ਼ਤੇਦਾਰਾਂ ਚ ਵੀ ਕੋਈ ਵਕੀਲ ਨਹੀਂ ਪਰ ਮੈਂ ਟਿਊਸ਼ਨ ਫੇਰ ਸ਼ੁਰੂ ਕੀਤੀ ਮੇਰੇ ਘਰ ਦੇ ਕਿਉਂਕਿ ਇੰਟਰਸਟ ਮੁੱਕ ਗਿਆ ਸੀ ਮੇਰੇ ਤੇ ਮੈਂ ਉਹਨਾਂ ਦੇ ਪੈਸੇ ਖਾ ਜਾਂਦਾ ਸੀ ਗੁੰਡਾਗਰਦੀ ਕਰਦਾ ਸੀ ਵੇਸਟ ਕਰਦਾ ਸੀ ਕੁਝ ਹੋਰ ਵੀ ਗਲਤ ਚੀਜ਼ਾਂ 'ਚ ਮੈਂ ਪੈ ਗਿਆ ਸੀ ਪਰ ਉਹਨਾਂ ਨੇ ਮੈਨੂੰ ਆਪ ਟਿਊਸ਼ਨ ਤੇ ਛੱਡਣਾ ਸ਼ੁਰੂ ਕੀਤਾ ਮੈਂ 12ਵੀਂ ਜਿਹੜੀ ਹੈ ਪਾਸ ਕੀਤੀ ਠੀਕ ਠਾਕ ਨੰਬਰਾਂ ਨਾਲ ਬਹੁਤ ਵਧੀਆ ਨੰਬਰਾਂ ਨਾਲ ਲਈ ਔਰ ਨਾਲ ਦੇ ਨਾਲ ਮੈਂ ਤਿਆਰੀ ਕਰ ਰਿਹਾ ਸੀ AILET 올 ਇੰਡੀਆ ਲਾ ਐਂਟ੍ਰਾਂਸ ਟੈਸਟ ਜਦੋਂ ਟੈਸਟ ਦਾ ਰਿਜ਼ਲਟ ਡਿਕਲੇਅਰ ਹੋਇਆ ਤੇ ਇੰਡੀਆ ਦੇ ਵਿੱਚ ਮੇਰਾ 8ਵਾਂ ਰੈਂਕ ਆਇਆ ਉਹਦੇ ਵਿੱਚ ਸਿਰਫ ਇਹ ਮੈਂ ਕੋਈ ਬਹੁਤ ਸਾਲਾਂ ਦੀ ਪੜ੍ਹਾਈ ਨਹੀਂ ਕੀਤੀ ਸਿਰਫ ਆਪਣੇ ਆਪ ਨੂੰ ਕਨਸੈਂਟਰੇਸ਼ਨ ਦਿੱਤੀ ਕਿ ਹੁਣ ਜਾਂ ਤੇ ਕੁਝ ਹੈ ਤੇ ਜਾਂ ਬਿਲਕੁਲ ਸਭ ਕੁਝ ਖਤਮ ਹੈ ਤੇ ਮੇਰਾ AILET ਦੇ ਵਿੱਚ 8th ਰੈਂਕ ਆਇਆ ਔਰ ਜਿਹੜੀ ਪੰਜਾਬ ਦੀ ਸਭ ਤੋਂ ਮੈਂ ਕੋਈ ਵੀ ਇੰਸਟੀਟਿਊਸ਼ਨ ਚੁਣ ਸਕਦਾ ਸੀ ਲॉ ਦੀ ਪੜ੍ਹਾਈ ਕਰਨ ਵਾਸਤੇ ਮੈਂ ਚੁਣ ਸਕਦਾ ਸੀ ਜਿਹਨੂੰ ਖਾਲਸਾ ਕਾਲਜ ਨੇ ਕੱਟਤਾ ਕਿ ਤੈਨੂੰ 12ਵੀਂ ਨਹੀਂ ਕਰਾਉਣੀ ਜਿਹਨੂੰ ਮੈਡੀਕਲ ਨਹੀਂ ਕਰ ਸਕਿਆ ਅੱਜ ਉਹ ਪੰਜਾਬ ਦੀ ਕੋਈ ਵੀ ਇੰਸਟੀਟਿਊਸ਼ਨ ਹਿੰਦੁਸਤਾਨ ਦੀ ਕਿਉਂਕਿ ਇਹ ਆਈ ਐਲਈਟੀ ਸੀ ਆਲ ਇੰਡੀਆ ਲੋਕ ਚੁਣ ਸਕਦਾ ਮੈਂ ਜਲੰਧਰ ਚੂਜ਼ ਕੀਤਾ ਔਰ ਮੈਨੂੰ ਅੱਜ ਵੀ ਯਾਦ ਹੈ ਮੇਰੇ ਪਲਸਟਰ ਲੱਗਾ ਹੁੰਦਾ ਸੀ ਮੈਂ ਕੋਚਿੰਗ ਲੈਣ ਜਾਂਦਾ ਸੀ ਔਰ ਮੈਨੂੰ ਛੱਡ ਕੇ ਆਂਦੇ ਸੀ ਮੈਨੂੰ ਲੈ ਕੇ ਆਂਦੇ ਸੀ ਉਹ ਟਰਨਿੰਗ ਪੁਆਇੰਟ ਜਿਹੜਾ ਮੇਰੀ ਲਾਈਫ ਦਾ ਸ਼ੁਰੂ ਹੋਇਆ ਪਰ ਜਦੋਂ ਮੈਂ ਲਾਅ ਦੇ ਵਿੱਚ ਪਿਆ ਸ਼ਰਾਰਤੀ ਨੇਚਰ ਤੇ ਉਹੀ ਸੀ ਸ਼ਰਾਰਤਾਂ ਕਰਨ ਵਾਲੀ ਮੈਂ ਦੱਸਣਾ ਚਾਹੁੰਨਾ ਕਿ ਮੈਂ ਤਕਰੀਬਨ 19 ਵਾਰੀ ਕਾਲਜ ਦੇ ਵਿੱਚੋਂ ਸਸਪੈਂਡ ਹੋਇਆ ਮੈਂ ਬਚਦਾ ਕਿਵੇਂ ਸੀ ਪੜ੍ਹਾਈ ਮੇਰੀ ਜਿਹੜੀ ਹੈ ਉਹ ਹਮੇਸ਼ਾ ਟੌਪ ਤੇ ਆਣੀ ਪਰ ਉਹਦੇ ਨਾਲ ਮੇਰੀਆਂ ਸ਼ਰਾਰਤਾਂ ਵੀ ਟੌਪ ਤੇ ਰਹਿਣੀਆਂ ਪਰ ਮੈਨੂੰ ਯੂਨੀਵਰਸਿਟੀ ਦੇ ਵਿੱਚ ਇਸ ਲਈ ਜਾਣਿਆ ਜਾਂਦਾ ਸੀ ਸਾਰੇ ਕਹਿੰਦੇ ਸੀ ਕਿ ਇਹਨੂੰ ਇਹਦੇ ਫਾਦਰ ਕਿਉਂਕਿ ਯੂਨੀਵਰਸਿਟੀ ਚ ਲੈਕਚਰਰ ਨੇ ਫਿਜ਼ਿਕਸ ਦੇ ਉਹ ਇਹਨੂੰ ਪਾਸ ਕਰਾਉਂਦੇ ਨੇ ਕੋਈ ਮੇਰੀ ਮਿਹਨਤ ਨੂੰ ਉੱਥੇ ਵੀ ਮੰਨਦਾ ਨਹੀਂ ਸੀ ਸਾਰੇ ਕਹਿੰਦੇ ਸੀ ਇਹਨੂੰ ਪਾਸ ਤੇ ਪਾਪਾ ਕਰਾਉਂਦੇ ਨੇ ਕਿਉਂਕਿ ਇਹ ਪੜਦਾ ਨਹੀਂ ਹੈਗਾ ਇੱਕ ਮੂਮੈਂਟ ਮੇਰੀ ਲਾਈਫ ਦੇ ਵਿੱਚ ਆ ਗਈ ਕਿ ਮੈਂ ਇੰਨੀ ਕੋਈ ਪੜ੍ਹਾਈ ਸ਼ੁਰੂ ਕੀਤੀ ਕਿ ਮੈਨੂੰ ਪੱਖੇ ਚੱਲਦੇ ਦੀ ਵੀ ਗਰਮੀਆਂ ਦੇ ਵਿੱਚ ਡਿਸਟਰਬੈਂਸ ਲੱਗਦੀ ਸੀ ਕਿ ਪੱਖਾ ਵੀ ਬੰਦ ਹੋਣਾ ਚਾਹੀਦਾ ਮੇਰੀ ਪੜ੍ਹਾਈ ਦੇ ਵਿੱਚ ਵਿਗਨ ਪਾ ਰਿਹਾ ਵਾ ਮੈਂ ਇਸ ਤਰ੍ਹਾਂ ਦੀ ਤੁਹਾਨੂੰ ਇਹ ਗੱਲ ਦੱਸਦਾ ਕਿ ਜਦੋਂ ਮੈਨੂੰ ਮੇਰੇ ਹੈੱਡ ਜਿਹੜੇ ਉੱਥੋਂ ਦੇ ਪ੍ਰਿੰਸੀਪਲ ਸੀ ਉਹਨਾਂ ਨੇ ਐਨੀ ਵਾਰੀ ਸਸਪੈਂਡ ਕੀਤਾ ਤੇ ਮੇਰਾ ਨਾ ਉਹਨਾਂ ਪ੍ਰਤੀ ਮੇਰੇ ਅੰਦਰ ਇੱਕ ਨਫ਼ਰਤ ਜਿਹਨੂੰ ਕਹਿੰਦੇ ਨਾ ਜੋਸ਼ ਆ ਗਿਆ ਕਿ ਮੈਂ ਇਹਨਾਂ ਦਾ ਕੋਈ ਨੁਕਸਾਨ ਕਰਾਂ ਉਹ ਖੰਨੇ ਤੋਂ ਸੀ ਅੱਜ ਵੀ ਜਦੋਂ ਇਹ ਇੰਟਰਵਿਊ ਸੁਣਨਗੇ ਉਹਨਾਂ ਨੂੰ ਬੜਾ ਹਾਸਾ ਆਏਗਾ ਔਰ ਹੁਣ ਮੈਨੂੰ ਉਹ ਬਹੁਤ ਪਿਆਰ ਕਰਦੇ ਨੇ ਕਿਉਂਕਿ ਜਿਸ ਬੰਦੇ ਤੋਂ ਮੈਂ ਨਫ਼ਰਤ ਕੀਤੀ ਕਾਲਜ ਦੇ ਵਿੱਚ ਮੈਂ ਪ੍ਰੈਕਟਿਸ ਦੇ ਵਿੱਚ ਉਸ ਬੰਦੇ ਦਾ ਕੇਸ ਲੜਿਆ ਔਰ ਉਸ ਬੰਦੇ ਨੂੰ ਜਸਟਿਸ ਦਵਾਇਆ ਆਪਣੇ ਹੈੱਡ ਨੂੰ ਔਰ ਉਹਨਾਂ ਨੇ ਮੈਨੂੰ ਐਨੀ ਵਾਰੀ ਸਸਪੈਂਡ ਕੀਤਾ ਮੈਂ ਇੱਕ ਮਜ਼ੇਦਾਰ ਗੱਲ ਦੱਸਾਂਗਾ ਉਹਨਾਂ ਕੋਲ ਜ਼ੈਨਕਾਰ ਹੁੰਦੀ ਸੀ ਤੇ ਇੱਕ ਵਾਰੀ ਉਹਨਾ ਮੈਂ ਉਹਨਾਂ ਦੀ ਜ਼ੈਨਕਾਰ ਦੇ ਨਾਲ ਸਲੈਂਸਰ ਦੇ ਵਿੱਚ ਦਿਮਾਗ ਮੇਰਾ ਬਹੁਤ ਸਤਾਨ ਸੀ ਤੇ ਮੈਂ ਉਹਨਾਂ ਦਾ ਸਲੰਸਰ ਦੇ ਵਿੱਚ ਛੱਲੀ ਫਸਾਰਿਆ ਸੀ ਤੇ ਕਿ ਉਹ ਖੰਨੇ ਤੋਂ ਆਂਦੇ ਨੇ ਮੈਨੂੰ ਇੰਨਾ ਤੰਗ ਕਰਦੇ ਨੇ ਇੰਨੀ ਵਾਰੀ ਸਸਪੈਂਡ ਕੀਤਾ ਮੇਰੇ ਪੇਰੈਂਟਸ ਨੂੰ ਬੁਲਾ ਲੈਂਦੇ ਸੀ ਸਸਪੈਂਡ ਕਰਕੇ ਤੇ ਜਦੋਂ 5 ਵਜ ਜਾਣੇ ਤੇ ਆਪ ਸਰ ਨੇ ਖੰਨੇ ਚਲੇ ਜਾਣਾ ਉਹਨਾਂ ਨਾਲ ਗੱਲ ਨਹੀਂ ਕਰਨੀ ਉਹ ਵਿਚਾਰਿਆਂ ਨੇ ਫੇਰ ਅੰਮ੍ਰਿਤਸਰ ਆਣਾ ਕਿਉਂਕਿ ਮੈਂ ਸਸਪੈਂਡਡ ਸੀ ਉਹਨਾਂ ਨੇ ਅਗਲੇ ਦਿਨ ਫੇਰ ਆਣਾ ਫੇਰ ਜਾਣਾ ਮੈਨੂੰ ਬੜੀ ਤੰਗੀ ਸੀ ਇਸ ਗੱਲ ਦੀ ਪਰ ਮੈਂ ਪੜ੍ਹਾਈ ਕਰਕੇ ਬਚਦਾ ਸੀ ਤੇ ਮੈਂ ਉਹਨਾਂ ਦੇ ਸਲੰਸਰ ਦੇ ਵਿੱਚ ਛੱਲੀ ਫਸਾ ਰਿਹਾ ਸੀ ਤੇ ਉਹਨਾਂ ਨੇ ਮੈਨੂੰ ਗਿੱਚੀ ਤੋਂ ਫੜ ਲਿਆ ਉਹਨਾਂ ਨੂੰ ਨਹੀਂ ਪਤਾ ਮੈਂ ਉਹਨਾਂ ਦਾ ਸਟੂਡੈਂਟ ਆ ਤੇ ਮੈਂ ਲਾ ਵੀ ਕਰ ਰਿਹਾ ਤੇ ਮੈਨੂੰ ਕਹਿੰਦੇ ਤੂੰ ਐ ਛੱਲੀ ਫਸਾ ਰਿਹਾ ਮੈਂ ਕਿਹਾ ਨਹੀਂ ਸਰ ਮੈਂ ਕੱਢ ਰਿਹਾ ਤੇ ਉਹ ਮੂਮੈਂਟ ਐਹੋ ਜੀ ਸੀ ਕਿ ਮੇਰਾ ਦਿਮਾਗ ਜਿਹੜਾ ਹਾਜ਼ਰ ਦਿਮਾਗ ਸੀ ਉਹਨੇ ਕਿਹਾ ਕਿ ਸਰ ਮੈਂ ਇਹ ਆਲਰੇਡੀ ਫਸੀ ਸੀ ਤੇ ਮੈਂ ਇਹਨੂੰ ਕੱਢ ਰਿਹਾ ਵਾਂ ਉਹਨਾਂ ਨੇ ਨਹੀਂ ਮੰਨਿਆ ਮੈਨੂੰ ਸਸਪੈਂਡ ਕੀਤਾ ਇੱਕ ਵਾਰੀ ਹੋਰ ਐਦਾਂ ਦਾ ਇਨਸੀਡੈਂਟ ਹੋਇਆ ਕਿ ਸਾਡੇ ਕਲਾਸ ਦੇ ਜਿਹੜੇ ਰਿਪਰੈਜ਼ੈਂਟੇਟਿਵ ਸੀ ਉਦੋਂ ਮੈਨੂੰ ਵਨ ਆਫ ਮਾਈ ਟੀਚਰ ਮੈਨੂੰ ਐਦਾਂ ਕਹਿੰਦੇ ਕਿ ਤੂੰ ਚਲੇ ਜਾ ਇਥੋਂ ਇਹ ਇਸ ਤਰ੍ਹਾਂ ਮੈਨੂੰ ਉਹਨਾਂ ਨੇ ਕਿਹਾ ਕਿ ਤੂੰ ਚਲੇ ਜਾ ਇਥੋਂ ਦਫਾ ਹੋ ਜਾ ਜਿਹਨੂੰ ਕਹਿੰਦੇ ਆ ਨਾ ਤੇ ਮੈਨੂੰ ਉਹਨਾਂ ਨੇ ਕਿਹਾ ਤੇ ਸ਼ੀਸ਼ੇ ਦਾ ਬੜਾ ਵੱਡਾ ਰੂਮ ਸੀ ਤੇ ਬਾਹਰੋਂ ਕਿਸੇ ਸਾਡੇ ਸੀਆਰ ਨੇ ਫਿਰੋਜ਼ਪੁਰ ਤੋਂ ਮੇਰੇ ਵੀਰ ਨੇ ਉਹਨਾਂ ਨੇ ਵੇਖਿਆ ਤੇ ਉਹ ਪ੍ਰੈਕਟਿਸ ਕਰਦੇ ਨੇ ਉੱਥੇ ਬੜੀ ਵਧੀਆ ਤੇ ਉਹਨਾਂ ਨੇ ਕਾਲਜ ਦੇ ਵਿੱਚ ਗੱਲ ਫਲਾ ਦਿੱਤੀ ਕਿ ਹੈੱਡ ਨੇ ਇਹਨਾਂ ਕੋਲੋਂ ਮਾਫੀ ਮੰਗ ਲਈ ਹੈ ਹਰਸਿਮਰਨ ਸਿੰਘ ਤੋਂ ਮੈਂ ਉਸ ਗੱਲ ਤੇ ਫਿਰ ਸਸਪੈਂਡ ਹੋਇਆ ਸੋ ਇਸ ਤਰ੍ਹਾਂ ਚੱਲਦਾ ਰਿਹਾ ਪਰ ਮੈਂ ਆਪਣੀ ਜਿਹੜੀ ਲਾਈਫ ਨੂੰ ਚੇਂਜ ਲੈ ਆਉਣ ਵਾਸਤੇ ਮੈਂ ਨਾ ਤਿੰਨ ਪ੍ਰਿੰਸੀਪਲ ਆਪਣੀ ਲਾਈਫ ਦੇ ਵਿੱਚ ਲੈ ਕੇ ਆਏ ਕਿ ਜਿਹੜੇ ਮੈਨੂੰ ਮੇਰੇ ਮਦਰ ਮੇਰੀ ਟਰਨਿੰਗ ਪੁਆਇੰਟ ਲਾਈਫ ਦਾ ਮੇਰੇ ਮਦਰ ਨੇ ਹਰ ਚੀਜ਼ ਦੇ ਵਿੱਚ ਉਹਨਾਂ ਨੇ ਮੈਨੂੰ ਤਿੰਨ ਚੀਜ਼ਾਂ ਦੱਸੀਆਂ ਅੱਜ ਮੈਂ ਪਹਿਲੀ ਵਾਰੀ ਸ਼ੇਅਰ ਕਰਨ ਲੱਗਾ ਵਾਂ ਸਭ ਤੋਂ ਪਹਿਲੀ ਗੱਲ ਵਿਸ਼ਵਾਸ ਕਰੋ ਦੂਸਰੀ ਗੱਲ ਭਰੋਸਾ ਕਰੋ ਤੀਸਰੀ ਗੱਲ ਉਮੀਦ ਕਰੋ ਵਿਸ਼ਵਾਸ ਕਰੋ ਦੇ ਵਿੱਚ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਇੱਕ ਪਿੰਡ ਦੇ ਵਿੱਚ ਸੋਕਾ ਪਿਆ ਸੀ ਸਾਰੇ ਜਾਣੇ ਆਏ ਅਰਦਾਸ ਕਰਨ ਇੱਕ ਬੱਚਾ ਛਤਰੀ ਲੈ ਕੇ ਆਇਆ ਸਾਰੇ ਸਿਰਫ ਅਰਦਾਸ ਕਰਨ ਆਏ ਕਿ ਬਾਰਿਸ਼ ਪਵੇਗੀ ਇੱਕ ਬੱਚੇ ਚ ਐਨਾ ਬਿਲੀਵ ਸੀ ਐਨਾ ਵਿਸ਼ਵਾਸ ਸੀ ਉਹ ਛਤਰੀ ਲੈ ਕੇ ਆਇਆ ਕਹਿੰਦੇ ਤੂੰ ਉਹ ਬਨ ਤੂੰ ਛਤਰੀ ਲੈ ਕੇ ਜਾਣਾ ਟਰਸਟ ਕਰਿਆ ਕਰ ਆਪਣੇ ਆਪ ਤੇ ਕਿ ਯੂ ਕੈਨ ਡੂ ਥਿਸ ਦੂਸਰਾ ਸੀ ਭਰੋਸਾ ਕਹਿੰਦੇ ਭਰੋਸਾ ਕੀ ਹੈ ਤੈਨੂੰ ਟਰਸਟ ਕਰਨਾ ਪਊਗਾ ਤੈਨੂੰ ਫੇਥ ਕਰਨਾ ਪਊਗਾ ਮੈਂ ਕਿਹਾ ਮम्मा ਉਹ ਕਿਵੇਂ ਕਹਿੰਦੇ ਇੱਕ ਛੋਟਾ ਬੱਚਾ ਵਾ ਅਸੀਂ ਉਹਨੂੰ ਹਵਾ ਚ ਸੁੜਦੇ ਆ ਖੇਲ ਖੁਲਾਉਂਦਾ ਸਾਡੇ ਕੋਲ ਵਾਪਸ ਆਂਦਾ ਉਹਨੂੰ ਇੱਕ ਭਰੋਸਾ ਵਾ ਕਿ ਮੇਰੇ ਪੇਰੈਂਟਸ ਦੇ ਮੇਰੇ ਕੇਅਰ ਟੇਕਰ ਦੇ ਹੈਂਡਸ ਨੇ ਮੈਨੂੰ ਫੜ ਲੈਣਾ ਕਹਿੰਦੇ ਤੂੰ ਉਮੀਦ ਕਰਿਆ ਕਰ ਉਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਰੋਜ਼ ਰਾਤ ਸੌਂਨੇ ਆਂ ਔਰ ਰੋਜ਼ ਰਾਤ ਸੋ ਕੇ ਪਤਾ ਨਹੀਂ ਅਗਲੀ ਘੜੀ ਚੱਲਨੀ ਕਿ ਨਹੀਂ ਪਰਮਾਤਮਾ ਦੀ ਰਜ਼ਾ ਤੋਂ ਬਿਨਾ ਪਤਾ ਨਹੀਂ ਹਲਦਾ ਅਸੀਂ ਸਾਹ ਲੈਣਾ ਕਿ ਨਹੀਂ ਲੈਣਾ ਪਰ ਅਸੀਂ ਹਰ ਰਾਤ ਸੌ ਕੇ అలਾਰਮ ਲਾਣੇ ਆ ਸਵੇਰੇ 7 ਵਜੇ ਦਾ ਇਹ ਸਾਡੀ ਉਮੀਦ ਹੈ ਕਿ ਅਸੀਂ ਸਵੇਰੇ 7 ਵਜੇ ਉੱਠਣਾ ਸੋ ਵਿਸ਼ਵਾਸ ਭਰੋਸਾ ਉਮੀਦ ਦੇ ਨਾਲ ਮੈਂ ਆਪਣੀ ਲਾਅ ਕੀਤੀ ਔਰ ਫੈਮਿਲੀ ਚ ਕੋਈ ਬੈਕਗਰਾਉਂਡ ਲਾਇਰ ਨਹੀਂ ਤੁਸੀਂ ਸੋਚੋ ਮੇਰੀ ਲਾਈਫ 2-3 ਸਾਲ ਚ ਕਿੰਨੀ ਚੇਂਜ ਹੋ ਗਈ 2000 2002 ਤੋਂ ਲੈ ਕੇ 2007 ਤੱਕ ਮੈਂ ਲਾਅ ਪਾਸ ਆਊਟ ਕੀਤੀ ਔਰ ਮੈਂ ਦੱਸਣਾ ਚਾਹਨਾ ਵਾਂ ਔਰ ਜਿਹੜੀ ਮੈਂ ਲਾਅ ਕੀਤੀ ਮੈਂ A ਗ੍ਰੇਡ ਦੇ ਵਿੱਚ ਲਾਅ ਕੀਤੀ ਔਰ ਲਾਅ ਕਰਨ ਤੋਂ ਬਾਅਦ ਮੈਂ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਪਰ ਜ਼ਿੰਦਗੀ ਨੂੰ ਹੋਰ ਵੀ بڑا ਕੁਝ ਮਨਜ਼ੂਰ ਸੀ ਮੈਨੂੰ ਸਾਡੇ ਪਰਿਵਾਰ ਦੇ ਵਿੱਚ ਮੇਰੀ ਸਿਸਟਰ ਦੀ ਮੈਰਿਜ ਹੋਈ ਔਰ ਮੇਰੇ ਜੀਜਾ ਜੀ ਮੇਰਾ ਵੱਡਾ ਵੀਰ ਰਮਨਪ੍ਰੀਤ ਸਿੰਘ ਲੇਟ ਕਵਾਂਗਾ ਲੇਟ ਰਮਨਪ੍ਰੀਤ ਸਿੰਘ ਉਹਨਾਂ ਨੂੰ ਪਰਿਵਾਰ ਦੇ ਵਿੱਚ ਬਲੱਡ ਕੈਂਸਰ ਹੋ ਗਿਆ 34 ਸਾਲ ਦੀ ਏਜ ਦੇ ਵਿੱਚ ਉਹਨਾਂ ਨੂੰ ਬਲੱਡ ਕੈਂਸਰ ਹੋ ਗਿਆ ਰੋਜ਼ ਖੂਨ ਦੀ ਉਹਨਾਂ ਨੂੰ ਲੋੜ ਪੈਂਦੀ ਸੀ ਅਸੀਂ ਜਿਹੜਾ ਵਾ ਖੂਨ ਜਿਹੜਾ ਵਾ ਉਹਨਾਂ ਦਾ ਕਰਨ ਦੇ ਚੱਕਰ ਦੇ ਵਿੱਚ ਮੈਂ ਆਰਗੇਨਾਈਜੇਸ਼ਨ ਬਣਾ ਬੈਠਿਆ ਇੱਕ ਜਸ ਸੇਵਾ ਸੁਸਾਇਟੀ ਕਿਉਂਕਿ ਮੈਨੂੰ ਪਤਾ ਲੋਕਾਂ ਨੂੰ ਖੂਨ ਦੀ ਲੋੜ ਪੈਂਦੀ ਹੈ ਅਸੀਂ ਖੂਨ ਡੋਨੇਟ ਕਰਦੇ ਹਾਂ ਲੈਣ ਜਾਂਦੇ ਆ ਤੇ ਸਾਨੂੰ ਪੈਸਿਆਂ ਦਾ ਲੈਣਾ ਪੈਂਦਾ ਅਸੀਂ ਆਰਗੇਨਾਈਜੇਸ਼ਨ ਫਾਰਮ ਕਰਤੀ ਜਸ ਸੇਵਾ ਸੁਸਾਇਟੀ ਉਹਦੇ ਵਿੱਚ ਬਲੱਡ ਕੈਂਪਸ ਲਾਣੇ ਸ਼ੁਰੂ ਕਰਤੇ ਸੇਵਾ ਕਰਨੀ ਸ਼ੁਰੂ ਕਰਤੀ ਇੰਨਾ ਕੁ ਜ਼ਿਆਦਾ ਅਸੀਂ ਕੰਮ ਕਰਨਾ ਸ਼ੁਰੂ ਕਰਤਾ ਮੇਰੀ ਨੇਚਰ ਜਿਹੜੀ ਜਿਹੜੀ ਟ੍ਰਬਲਸਮ ਨੇਚਰ ਸੀ ਉਹ ਮੇਰੀ ਮੇਰਾ ਧਰਮ 휴ਮੈਨਿਟੀ ਬਣ ਗਿਆ ਔਰ ਅਸੀਂ ਇਹ ਆਰਗੇਨਾਈਜੇਸ਼ਨ ਬਣਾਈ 20 April 2018 ਦੇ ਵਿੱਚ ਜਿਹਨੂੰ ਅੱਜ ਪੰਜਵਾਂ ਛੇਵਾਂ ਸਾਲ ਸ਼ੁਰੂ ਹੋ ਗਿਆ ਉਹਦੇ ਵਿੱਚ ਐਨਾ ਕੁ ਪ੍ਰਮਾਤਮਾ ਨੇ ਸਾਡੇ ਕੋਲ ਸੇਵਾ ਲਈ ਹਰ ਮਹੀਨੇ ਇੱਕ ਘਰ ਗੁਰੂ ਸਾਹਿਬ ਬਣਵਾਉਂਦੇ ਨੇ ਸ਼ਾਇਦ ਮੈਂ ਆਪਣੇ ਘਰ ਦੇ ਵਿੱਚ ਇੱਕ ਨਲਕਾ ਵੀ ਨਵਾਂ ਨਹੀਂ ਲਵਾ ਸਕਦਾ ਪਰ ਗੁਰੂ ਸਾਹਿਬ ਕਿਸੇ ਦਾ ਘਰ ਬਣਵਾਉਂਦੇ ਨੇ ਉਹਦੇ ਵਿੱਚ ਸਾਡੇ ਨਾਲ ਕਿਰਸ਼ਮੇ ਹੋਏ ਕਿਰਸ਼ਮੇ ਕਿਤਿਆ ਹੋਏ ਕਿ ਕੋਵਿਡ ਟਾਈਮ ਦੁਨੀਆ ਨੇ ਵੇਖਿਆ ਕਿ ਜਦੋਂ ਰਿਸ਼ਤੇ ਖਤਮ ਹੋ ਗਏ ਸੀ ਸਸਕਾਰ ਕਰਨ ਤੋਂ ਮਨਾ ਕਰਤਾ ਬਾਪ ਨੇ ਪੁੱਤ ਦਾ ਪੁੱਤ ਨੇ ਮਾਂ ਦਾ ਮਾਂ ਨੇ ਹੋਰ ਰਿਸ਼ਤੇਦਾਰਾਂ ਦਾ ਉਦੋਂ ਸਾਡੀ ਟੀਮ ਸਟੈਪ ਫਾਰਵਰਡ ਕੀਤੀ ਫਿਰ ਮੇਰੀ ਮਾਤਾ ਜੀ ਦਾ ਰੋਲ ਆਇਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਯੂ ਹੈ ਫਾਰਮਡ ਦੀ ਐਨ ਜੀਓ ਹੁਣ ਇਹ ਨਾ ਸੋਚਿਓ ਕਿ ਤੁਸੀਂ ਘਰ ਬੈਣਾ ਔਰ ਮੈਂ ਦੱਸਣਾ ਚਾਹਨਾ ਕਿ ਵਕਾਲਤ ਵਿੱਚ ਵੀ ਜਸੇਵਾ ਸੁਸਾਇਟੀ ਕਿਦਾਂ ਮੈਨੂੰ ਟਾਰਗੇਟ ਕਰਦੀ ਹੈ ਕਿਉਂਕਿ ਉਹ ਮੇਰਾ ਪੇਸ਼ਾ ਹੈ ਪਰ ਮੇਰੇ ਕੋ ਲੋਕ ਆਂਦੇ ਆ ਤੁਹਾਨੂੰ YouTube ਤੇ ਵੇਖਿਆ ਤੁਹਾਨੂੰ Facebook ਤੇ ਵੇਖਿਆ ਤੁਸੀਂ ਉਹਦੇ ਵਿੱਚ ਸੇਵਾ ਕਰਦੇ ਹੋ ਸਾਡਾ ਕੇਸ ਫ੍ਰੀ ਲੜਦੇ ਹੋ ਅੱਜ ਮੈਂ ਕੰਫੈਸ ਕਰਨਾ ਚਾਹਨਾ ਕਿ 70% ਜਿਹੜੀ ਮੇਰੀ ਇਨਕਮ ਹੈ ਜਿਹੜੀ ਮੈਨੂੰ ਆ ਸਕਦੀ ਏ ਉਹ ਕੇਸਿਸ ਮੈਂ ਫ੍ਰੀ ਆਫ ਕਾਸਟ ਲੋਕਾਂ ਦੇ ਕਰਦਾ ਵਾਂ ਜਿਹਦੇ ਵਿੱਚ ਲੋਕੀ ਮੈਨੂੰ ਜਿਹੜੀਆਂ ਦਵਾਵਾਂ ਦਿੰਦੇ ਨੇ ਤੇ ਉਹ 70% ਦੀ ਕਮਾਈ ਮੇਰੀ ਰਿਮੇਨਿੰਗ 30% ਦੇ ਵਿੱਚੋਂ ਵੀ 70% ਦੀ ਮੇਰੀ ਕਮਾਈ ਨਿਕਲ ਆਂਦੀ ਮੇਰੀ ਵਕਾਲਤ ਦੇ ਵਿੱਚੋਂ ਔਰ ਕਿਵੇਂ ਗੁਰੂ ਨਾਨਕ ਸਾਹਿਬ ਸੇਵਾ ਲੈਂਦੇ ਨੇ ਔਰ ਗੁਰਨਾਨਾ ਸਾਹਿਬ ਆਪ ਅੰਗ-ਸੰਗ ਸਹਾਈ ਹੁੰਦੇ ਨੇ ਅਸੀਂ ਇੱਕ ਵਾਰੀ ਗੁਰਨਾਨਕ ਹਸਪੀਟਲ ਦੇ ਵਿੱਚ ਗਏ ਔਰ ਉੱਥੇ ਜਾ ਕੇ ਤਿੰਨ ਗੱਡੀਆਂ ਸੀ ਸਾਡੀਆਂ ਕੋਵਿਡ ਦੇ ਵਿੱਚ ਇਹੀ ਸਰਦੀਆਂ ਦੇ ਦਿਨ ਸੀ ਤੇ ਮੇਰੀ ਗੱਡੀ ਦੇ ਅੱਗੇ ਨਾ ਬਹੁਤ ਵੱਡਾ ਸਫੇਦੇ ਦਾ ਰੁੱਖ ਆ ਕੇ ਡਿੱਗ ਪਿਆ ਮੈਂ ਜਦੋਂ ਅਸੀਂ ਬੜੇ ਪਰੇਸ਼ਾਨ ਹੋਏ ਘਰ ਵਾਪਸ ਜਾਣਾ ਸੀ ਮਾਸਕ ਦੀ ਤੰਗੀ ਆ ਪੁਲਿਸ ਦੀਆਂ ਰੈਸਟ੍ਰਿਕਸ਼ਨਸ ਆ ਬਹੁਤ ਕੁਝ ਔਰ ਸੇਵਾਕਾਰਾ ਐ ਸੀ ਪੈਸੇ ਵੀ ਖਤਮ ਹੋ ਰਹੇ ਸੀ ਮੈਨੂੰ ਇੱਕ ਫੋਨ ਵੱਜੀ ਜਾ ਰਿਹਾ ਐਨੀ ਜ਼ਰੂਰੀ ਚੀਜ਼ ਆ ਨਾ ਇਹਨੂੰ ਦੇਖਿਓ ਗੁਰਨਾਨਕ ਸਾਹਿਬ ਰੱਬ ਕਹਿੰਦੇ ਨਾ ਰੱਬ ਕਿੱਥੇ ਆ ਮੈਂ ਅੱਜ ਦੱਸਾਂਗਾ ਕਿ ਰੱਬ ਕਿੱਥੇ ਹੁੰਦਾ ਸਾਡੇ ਫੋਨ ਵੱਜੀ ਜਾ ਰਿਹਾ ਵੱਜੀ ਜਾ ਰਿਹਾ ਵੱਜੀ ਜਾ ਰਿਹਾ ਮੇਰਾ ਫੋਨ ਮੈਂ ਮੇਰੀ ਟੀਮ ਮੈਂਬਰਸ ਕਹਿੰਦੇ ਕਿ ਹਰ ਸਿਮਰਨ ਫੋਨ ਚੁੱਕ ਲਾ ਮੈਂ ਕਹਿਆ ਯਾਰ ਕਿਸੇ ਦਾ ਸੇਵਾ ਵਾਸਤੇ ਹੋਏਗਾ ਇਸ ਟਾਈਮਸ ਅਸੀਂ ਕਰ ਨਹੀਂ ਪਾਵਾਂਗੇ ਕਿਉਂਕਿ ਰੁੱਖ ਅੱਗੇ ਅੱਡਾ ਵੱਡਾ ਨਿਗ ਪਿਆ ਪਿੱਛੇ ਗੱਡੀਆਂ ਤੇ ਗੱਡੀਆਂ ਲੱਗੀਆਂ ਤੇਜ਼ ਬਾਰਿਸ਼ ਹੋ ਰਹੀ ਐ ਮੈਨੂੰ ਕਹਿੰਦੇ ਫਿਰ ਵੀ ਤੂੰ ਫੋਨ ਚੁੱਕ ਲੈ ਮੈਂ ਉਹ ਫੋਨ ਚੁੱਕਿਆ ਮੈਨੂੰ ਇੱਕ ਵੀਰ ਦਾ ਫੋਨ ਸੀ ਕਪੂਰਸ ਥਲੇ ਤੋਂ ਉਹਨੇ ਕਹਿਆ ਵੀਰ ਜੀ ਤੁਹਾਨੂੰ YouTube ਤੇ ਵੇਖਦੇ ਆ ਤੁਹਾਡੀ ਸੰਸਥਾ ਬਹੁਤ ਸੇਵਾ ਕਰਦੀ ਐ ਤੇ ਨਾ ਤੁਸੀਂ ਮੇਰੇ ਡੈਡੀ ਦੀ ਕਿਡਨੀ ਦਾ ਆਪਰੇਟ ਹੋਣਾ ਤੇ ਉਹਦੇ ਲਈ ਸਾਨੂੰ 25000 ਰੁਪਏ ਦੀ ਲੋੜ ਐ ਤੇ ਤੁਸੀਂ ਉਹਦੀ ਸਾਡੀ ਮਦਦ ਕਰੋ ਮੈਂ ਉਹਨੂੰ ਬੜਾ ਅਬਰਪਟਲੀ ਪ੍ਰਾਣਾ ਹਰ ਸਿਮਰਨ ਜਿਹੜਾ ਜਿਹਨੂੰ ਕਹਿੰਦੇ ਨਾ ਮੈਂ ਜਦੋਂ ਜਿਵੇਂ ਦਾ ਮੈਂ ਪਹਿਲੇ ਸੀ ਮੈਂ ਉਸ ਤਰ੍ਹਾਂ ਜਵਾਬ ਦਿੱਤਾ ਕਿ ਅਸੀਂ ਠੇਕਾ ਨਹੀਂ ਲਿਆ ਅਸੀਂ ਹੋਰ ਨਹੀਂ ਕਰ ਸਕਦੇ ਅਸੀਂ ਆਲਰੇਡੀ ਬਹੁਤ ਕੁਝ ਕਰ ਰਹੇ ਹਾਂ ਮੇਰੇ ਮੂੰਹ ਇੰਨੀ ਜਵਾਨ ਨਿਕਲੀ ਤੇ ਮੈਂ ਉਹਨੂੰ ਨਾਲ ਇੱਕ ਗੱਲ ਕਹਿ ਦਿੱਤੀ ਕਿ ਅਸੀਂ ਕਪੂਰਥਲੇ ਨਹੀਂ ਸੇਵਾ ਕਰਦੇ ਔਰ ਯੂ ਵਿਲ ਆਲ ਬੀ ਇਮੇਜਿੰਡ ਟੂ ਨੋ ਕਿ ਉਹਨੇ ਮੈਨੂੰ ਕੀ ਜਵਾਬ ਦਿੱਤਾ ਉਹ ਕਹਿੰਦਾ ਹਰਸਿਮਰਨ ਜੀ ਮੇਰੇ ਫਾਦਰ ਗੁਰੂ ਨਾਨਕ ਹਸਪੀਟਲ ਚ ਦਾਖਲ ਨੇ ਇਸ ਵੇਲੇ ਔਰ ਤੁਸੀਂ ਸੋਚ ਸਕਦੇ ਹੋ ਕਿ ਉਹ ਸਫੇਦਾ ਕਿਉਂ ਡਿੱਗਾ ਸੀ ਇਹ ਮੈਂ ਸੱਚ ਦੱਸ ਰਿਹਾ ਕੋਈ ਵੀ ਦਿਸ ਇਜ਼ 올 ਐਕਸਟੈਂਪੋਰ ਜੋ ਦਿਲ ਚ ਆ ਜੋ ਹੈ ਪਹਿਲੀ ਵਾਰੀ ਮੌਕਾ ਮਿਲਿਆ ਆਪਣੇ 40 ਸਾਲ ਦੱਸਣ ਦਾ ਤੇ ਸਫੇਦਾ ਤਾਂ ਡਿੱ ਗਿਆ ਸੀ ਕਿਉਂਕਿ ਗੁਰਨਾਨਕ ਹਸਪੀਟਲ ਤੋਂ ਗੁਰਨਾਨਕ ਸਾਹਿਬ ਨੇ ਸਾਨੂੰ ਨਹੀਂ ਭੇਜਣਾ ਸੀ ਤੇ ਮੈਂ ਇਮੀਡੀਏਟਲੀ ਅਸੀਂ ਰੋਂਦੇ ਰੋਂਦੇ ਅੱਖਾਂ ਚੋਂ ਹੰਝੂ ਡਿੱਗਦੇ ਡਿੱਗਦੇ ਮੈਂ ਆਪਣੇ ਆਪ ਨੂੰ ਕੋਸਦਾ ਕਿ ਜਿਸ ਜਿੱਥੇ ਡਿਊਟੀ ਗੁਰਨਾਨਕ ਸਾਹਿਬ ਕਰਾਉਣਾ ਚਾ ਰਿਹਾ ਉਥੇ ਮੈਂ ਨਾ ਕਰ ਦਿੱਤੀ ਉਹਨਾਂ ਕਰਕੇ ਤੇ ਅਸੀਂ ਸਾਰਾ ਕੁਝ ਕਰ ਪਾ ਰਹੇ ਹਾਂ ਅਸੀਂ ਉਸ ਮੇਰੇ ਹੁਣ ਵੀ ਮੈਨੂੰ ਉਹ ਫੀਲਿੰਗ ਆਈ ਅਸੀਂ ਉਸ ਵਾਰਡ ਦੇ ਵਿੱਚ ਪਹੁੰਚੇ ਔਰ 25000 ਰੁਪਏ ਦਿੱਤਾ 150 ਰੁਪਏ ਦੀ ਮੈਨੂੰ ਯਾਦ ਹੈ ਕਿ 150 ਰੁਪਏ ਉਹਨਾਂ ਨੂੰ ਲੋੜ ਸੀ ਕੁਝ ਇੰਜੈਕਸ਼ਨ ਲੈਣੇ ਸੀ ਔਰ ਚਾਹ ਪੀਣੀ ਸੀ ਸਰਦੀ ਦੇ ਆਹੀ ਦਿਨ ਸੀ ਔਰ ਉਹਨਾਂ ਕੋਲੋਂ ਪੈਸੇ ਨਹੀਂ ਸੀ ਅਸੀਂ ਉਹਨਾਂ ਨੂੰ ਦਿੱਤੇ ਆਪਰੇਸ਼ਨ ਹੋਇਆ ਠੀਕ ਹੋਏ ਅੱਜ ਵੀ ਉਹ ਨਾਲ ਜੁੜੇ ਨੇ ਆਟੋ ਚਲਾਉਂਦੇ ਨੇ ਕਪੂਰਥਲੇ ਇਸ ਤਰ੍ਹਾਂ ਹੀ ਗੁਰਨਾਨਕ ਸਾਹਿਬ ਅੰਗ ਸੰਗ ਸਹਾਇ ਹੁੰਦੇ ਹਰਸਿਮਰਨ ਸਿੰਘ ਨੂੰ ਚੇਂਜ ਕੀਤਾ ਓਕੇਜਨਸ ਨੇ ਇਨਸੀਡੈਂਟਸ ਨੇ ਲਾਈਵ ਦੇ ਵਿੱਚ ਉਹਦੇ ਮਦਰ ਫਾਦਰ ਨੇ ਔਰ ਮੈਂ ਇੱਕ ਇਨਸੀਡੈਂਟ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗਾ ਕਿ ਮੈਨੂੰ ਕਿਸੇ ਚੈਨਲ ਤੋਂ ਫੋਨ ਆਇਆ ਕਿ ਹਰਸਰਮਨ ਜੀ ਅੰਮ੍ਰਿਤਸਰ ਦੇ ਵਿੱਚ ਇੱਕ ਪਰਿਵਾਰ ਮਾਸ ਸੁਸਾਈਡ ਕਰਨ ਲੱਗਾ ਕੋਵਿਡ ਦੇ ਵਿੱਚ ਮੈਨੂੰ ਕਹਿੰਦੇ ਸੁਲਤਾਨ ਮਿੰਡ ਰੋਡ ਆ ਜਿੱਥੇ ਅਸੀਂ ਖੜੇ ਆ ਅੱਜ ਵੀ ਉਹਦੇ ਲੱਗੇ ਕੋਲੋਨੀ ਆ ਉੱਥੇ ਕੋਈ ਪਰਿਵਾਰ ਮਾਸ ਸੁਸਾਈਡ ਕਰਨ ਲੱਗਾ ਕਿਉਂਕਿ ਉਹਨਾਂ ਕੋਲ ਖਾਣ ਨੂੰ ਕੁਝ ਨਹੀਂ ਹੈਗਾ ਤੁਸੀਂ ਸੋਚੋ ਕੋਈ ਤੁਹਾਨੂੰ ਕਵੇ ਕਿ ਤੁਸੀਂ ਜਾ ਕੇ ਉੱਥੇ ਪਹੁੰਚਣਾ ਜਿੱਥੇ ਕੋਈ ਸੁਸਾਈਡ ਕਰਨ ਲੱਗਾ ਤੇ ਕਿੰਨਾ ਡਰ ਲੱਗੂਗਾ ਮੈਨੂੰ ਵੀ ਲੱਗਾ ਮੇਰੀ ਟੀਮ ਮੈਂਬਰਸ ਨੂੰ ਵੀ ਲੱਗਾ ਮੈਂ ਉਹਨਾਂ ਨੂੰ ਕਿਹਾ ਇਸ ਤਰ੍ਹਾਂ ਸਾਨੂੰ ਬਹੁਤ ਵੱਡੇ ਬੰਦੇ ਦਾ ਫੋਨ ਆਇਆ ਹੈ ਤੇ ਮੇਰਾ ਦਿਲ ਨਹੀਂ ਕਰਦਾ ਉਹਨੂੰ ਨਾ ਕਰੀਏ ਫਾਰਮੈਲਿਟੀ ਸੇਕ ಲೆਟ ਅਸ ਗੋ ਟੂ 댓 ਹਾਊਸ ਕਹਿੰਦੇ ਹਰ ਸਿਮਰਨ ਜੇ ਕਿਸੇ ਨੇ ਕੁਝ ਕੀਤਾ ਹੋਇਆ ਤੇ ਅਸੀਂ ਵਿਟਨੈਸ ਬਣ ਜਾਵਾਂਗੇ ਮੈਂ ਕਿਹਾ ਮੈਂ ਲਾਇਰ ਹਾਂ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਨੂੰ ਫਸਣ ਨਹੀਂ ਦਿੰਦਾ ਕਿਸੇ ਚੀਜ਼ ਦੇ ਵਿੱਚ ਤੁਸੀਂ ਸੋਚਿਓ ਅਸੀਂ ਉੱਥੇ ਪਹੁੰਚੇ ਔਰ ਮੰਜ਼ਰ ਕੀ ਸੀ ਮਦਰ ਉਹਨਾਂ ਦਾ ਸਨ ਦੋ ਕੁੜੀਆਂ ਤੇ ਵਾਈਫ ਪੱਗ ਪੱਖੇ ਨਾਲ ਟੰਗੀ ਹੋਈ ਉਹਨਾਂ ਨੇ ਔਰ ਦੇ ਵਰ অন ਦਾ ਵਰਜ ਆਫ ਕਮਿਟਿੰਗ ਸੁਸਾਈਡ ਦੇ ਵਰ ਕ੍ਰਾਈਂਗ ਲਾਈਕ ਐਨੀਥਿੰਗ ਉੱਚੀ ਉੱਚੀ ਰੋ ਰਹੇ ਸੀ ਮੈਂ ਉਹਨਾਂ ਨੂੰ ਪੁੱਛਿਆ ਪਹਿਲੇ ਜਾ ਕੇ ਕਿ ਮੈਂ ਕਹਾ ਦੱਸੋ ਕੀ ਹੋਇਆ ਕਹਿੰਦੇ ਸਾਡੇ ਕੋਲ ਰੋਟੀ ਤੱਕ ਖਾਣ ਨੂੰ ਨਹੀਂ ਗਈ ਇੱਕ ਹੋਟਲ ਦੇ ਵਿੱਚ ਇਹ ਡਰਾਈਵਰ ਸੀ ਉਹ ਪਰਮਜੀਤ ਸਿੰਘ ਮੈਨੂੰ ਯਾਦ ਆਉਦਾ ਨਾਮ ਤੇ ਉਹਨਾਂ ਨੇ ਵੀ ਕਿਉਂਕਿ ਹੋਟਲ ਬੰਦ ਹੋ ਗਏ ਸਭ ਕੁਝ ਬੰਦ ਹੋ ਗਿਆ ਉਹਨਾਂ ਨੇ ਵੀ ਇਹਨੂੰ ਔਰਤੋਂ ਕੱਢ ਦਿੱਤਾ ਤੇ ਇਸ ਕਰਕੇ ਅਸੀਂ ਸਾਡੇ ਕੋਲ ਕੋਈ ਰਸਤਾ ਨਹੀਂ ਐਕਸੈਪਟ ਟੂ ਕਮਿਟ ਸੁਸਾਈਡ ਤੁਸੀਂ ਮੰਨੋਗੇ ਮੈਂ ਉਹਨੂੰ ਜੱਫੀ ਪਾਈ ਮੈਂ ਉਹਰੇ ਕੰਨ ਚ ਇੱਕੋ ਗੱਲ ਗਈ ਮੈਂ ਕਿਹਾ ਤੈਨੂੰ ਕੀ ਪ੍ਰੋਬਲਮ ਹੈ ਕਹਿੰਦਾ ਮੇਰੀ 10000 ਰੁਪਿਆ ਤਨਖਾਹ ਸੀ ਉਹਦੇ ਨਾਲ ਮੈਂ ਘਰ ਚਲਾਉਂਦਾ ਸੀ ਹੁਣ ਕੁਛ ਨਹੀਂ ਹੈਗਾ ਤੇ ਅਸੀਂ ਸਾਡੇ ਕੋਲ ਇਹੀ ਰਾਹ ਰਹਿ ਗਿਆ ਮੈਂ ਉਹਨੂੰ ਕਿਹਾ ਕਿ ਅਗਲੇ 6 ਮਹੀਨੇ ਲਈ ਹਰ ਮਹੀਨੇ ਤੇਰੀ ਸੈਲਰੀ ਵਿਦਾਊਟ ਕੰਮ ਕੀਤੇਆਂ ਕਿਉਂਕਿ ਕੰਮ ਕੋਈ ਕਰਨ ਨਹੀਂ ਸੀ ਸਕਦਾ ਰੈਸਟ੍ਰਿਕਸ਼ਨ ਸੀ ਜਸ ਸੇਵਾ ਸੁਸਾਇਟੀ ਸਾਡੇ ਵੱਲੋਂ ਗੁਰੂ ਨਾਨਕ ਸਾਹਿਬ ਦੀ ਮੇਰ ਨਾਲ ਲਗਾਈ ਗਈ ਔਰ ਤੁਸੀਂ ਮੰਨੋਗੇ ਐਨਾ ਉਹਨਾਂ ਨੇ ਪਿਆਰ ਕੀਤਾ ਅੱਜ ਉਹ ਪਰਿਵਾਰ ਆਪ ਕਮਾਈ ਕਰਕੇ ਆਪਣੀ ਜ਼ਿੰਦਗੀ ਬਦੀਤ ਕਰ ਰਿਹਾ ਸਿਰਫ ਜ਼ਿੰਦਗੀ ਦੇ ਵਿੱਚ ਕੀ ਜ਼ਰੂਰੀ ਹੁੰਦਾ ਕਿਸੇ ਨੂੰ ਐਨਾ ਹੀ ਥਾਪੜਾ ਦੇਣਾ ਮੈਂ ਤੇਰੇ ਨਾਲ ਔਰ ਮੈਨੂੰ ਹਮੇਸ਼ਾ ਕਿੰਨੇ ਗਈ ਹੈ ਗੱਲ ਮੇਰੀ ਮਾਂ ਨੇ ਮੈਂ ਸਲੂਟ ਕਰਦਾ ਹਾਂ ਉਸ ਲੇਡੀ ਨੂੰ ਜਿਨੇ ਮੈਨੂੰ ਡੁੱਬਦੇ ਨੂੰ ਵੀ ਸਹਾਰਾ ਦਿੱਤਾ ਔਰ ਮੈਨੂੰ ਉਹਨਾਂ ਨੇ ਇਹ ਇਹ ਗੱਲ ਦਾ ਅਹਿਸਾਸ ਕਰਾਇਆ ਕਿ ਯੂ ਕੈਨ ਡੂ ਥਿਸ ਵਿਸ਼ਵਾਸ ਭਰੋਸਾ ਤੇ ਉਮੀਦ ਤਿੰਨ ਚੀਜ਼ਾਂ ਨੂੰ ਪੂਰੀਆਂ ਕਰ ਤੂੰ ਅੱਗੇ ਵਧੇਗਾ ਔਰ ਉਹਦੇ ਨਾਲ ਮੈਂ ਇੱਕ ਇਨਸੀਡੈਂਟ ਦੱਸਦਾ ਜਾਦੂਗੀ ਜੱਫੀ ਦਾ ਸਾਰਿਆਂ ਨੇ ਮੁੰਨਾ ਭਾਈ ਐਮਬੀਬੀਐਸ ਫਿਲਮ ਦੇਖੀ ਹੈ ਨਾ ਮੈਂ 12ਵੀਂ ਦੇ ਵਿੱਚ ਜੇ ਮੈਨੂੰ ਜਿਮ ਜਿਮਿੰਗ ਦਾ ਬੜਾ ਸ਼ੌਕੀਨ ਸੀ ਤੇ ਮੈਂ ਆਪਣੀ ਕਾਰ ਤੇ ਜਾ ਰਿਆਂ ਤੇ ਇੱਕ ਚੌਂਕ ਸੀ ਅੰਮ੍ਰਿਤਸਰ ਦਾ ਮੈਂ ਉਥੋਂ ਰੈੱਡ ਲਾਈਟ ਕ੍ਰਾਸ ਕੀਤੀ ਤੇ ਇੱਕ ਬਹੁਤ ਨੌਜਵਾਨ ਮੁੰਡਾ ਤਗੜਾ 6 ਫੁੱਟ ਉੱਚਾ ਉਹ ਵੀ ਜਿੰਮ ਤੋਂ ਹੀ ਆਇਆ ਲੱਗਦਾ ਸੀ ਮੇਰੀ ਗਲਤੀ ਕਰਕੇ ਮੇਰੀ ਕਾਰ ਦੇ ਵਿੱਚ ਆਗੇ ਵੱਜਾ ਉਹਨੇ ਮੈਨੂੰ ਨਾ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਮੈਂ ਉਹਦਾ ਮੁਕਾਬਲਾ ਨਹੀਂ ਸੀ ਕਰ ਸਕਦਾ ਉਹ ਬਹੁਤ ਤਗੜਾ ਸੀ ਤੇ ਨਾ ਮੇਰੇ ਮਨ 'ਚ ਇੱਕ ਗੱਲ ਆਈ ਜਾਂ ਦੋ ਹੀ ਚੀਜ਼ਾਂ ਆਉਂਦੀਆਂ ਕਿ ਜਾਂ ਤੇ ਮੈਂ ਲੜ ਪਾਵਾਂ ਤੇ ਜਾਂ ਮੈਂ ਡੋਸਾਈਲ ਹੋ ਜਾਾਂ ਤੇ ਨਾ ਮੈਂ ਉਹਨੂੰ ਨਾ ਉਹ ਮੈਨੂੰ ਗਾਲਾਂ ਗੰਦੀਆਂ ਗਾਲਾਂ ਕੱਢ ਰਿਹਾ ਸੀ ਤੇ ਮੈਂ ਬਾਹਰ ਉਤਰ ਕੇ ਥੋੜਾ ਹਸਲਾ ਕੀਤਾ ਉਹਦੀਆਂ ਬਾਹਾਂ ਸਮੇਤ ਨਾ ਮਾਂ ਨੂੰ ਜੱਫੀ ਪਾ ਲਈ ਤੇ ਮੈਂ ਉਹਦੇ ਕੰਨ 'ਚ ਗਿਆ ਮੈਂ ਕਿਹਾ ਮੈਨੂੰ ਮaaf ਕਰ ਦੇ ਔਰ ਤੁਸੀਂ ਮੰਨੋਗੇ ਉਹਨੇ ਮੇਰੇ ਕੋਲੋਂ ਮਾਫੀ ਮੰਗੀ ਕਿ ਮੈਂ ਤੁਹਾਨੂੰ ਗੰਦੀਆਂ ਗਾਲਾਂ ਕੱਢੀਆਂ ਸੋ ਹਰਸਿਮਰਨ ਸਿੰਘ ਜਿਹੜਾ ਸਲਗਰ ਲੈ ਕੇ ਗਿਆ ਸੀ ਲੜਨ ਔਰ ਆਪਣੀ ਲੱਤ ਤੋੜਾਇਆ ਸੀ ਐਕਸੀਡੈਂਟ ਨਾਲ ਉਹਨੇ ਕਿਸੇ ਕੋਲੋਂ ਸਿਰੇ ਇੱਕ ਸੌਰੀ ਫੀਲ ਕੀਤੀ ਔਰ ਉਸ ਸੌਰੀ ਦੇ ਨਾਲ ਨਾ ਲੜਾਈ ਵਧੀ ਉਹ ਲੜਾਈ ਕਿੱਥੇ ਤੱਕ ਪਹੁੰਚਣੀ ਸੀ ਕੀ ਹੋਣਾ ਸੀ ਔਰ ਇਹੋ ਜਿਹੀ ਜ਼ਿੰਦਗੀ ਦੇ ਵਿੱਚ ਕਿੰਨੀ ਵਾਰੀ ਇਨਸੀਡੈਂਟਸ ਆ ਗਏ ਜਿੱਥੇ ਮੈਂ ਸੌਰੀ ਦੇ ਨਾਲ ਹੀ ਸਾਰੇ ਮਸਲੇ ਹੱਲ ਕਰ ਰਹੇ ਔਰ ਮੇਰੀ ਲਾਈਫ ਉਸ ਤਰ੍ਹਾਂ ਚੱਲ ਰਹੀ ਹੈ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਜੋ ਮੈਂ ਫਿਲਾਸੋਫਾ ਫਿਲਾਸੋਫੀ ਜ਼ਿੰਦਗੀ ਦੇ ਵਿੱਚ ਅਪਣਾਈ ਉਹਦੇ ਲਈ ਮੈਂ ਦੋ ਲਾਈਨਾਂ ਜ਼ਰੂਰ ਕਵਾਂਗਾ ਕਿ ਆਉ ਬਨਾਈਏ ਰਾਹ ਨਵੀਂ ਤੋਰ ਨਾਲ ਆਪ ਤੁਰਿਏ ਤੇ ਤੋਰੀਏ ਕੁਝ ਹੋਰ ਨਾਲ ਇੱਥੇ ਮਜ਼ਲੂਮਾਂ ਨੂੰ ਕੋਈ ਨਹੀਂ ਪੁੱਛਦਾ ਇੱਥੇ ਮਜ਼ਲੂਮਾਂ ਨੂੰ ਕੋਈ ਨਹੀਂ ਪੁੱਛਦਾ ਪੁੱਛਣਗੇ ਸਾਰੇ ਤੁਹਾਡੇ ਸਾਰਿਆਂ ਦੇ ਜ਼ੋਰ ਨਾਲ ਸੋ ਮਿਲ ਕੇ ਹੌਸਲੇ ਦੇ ਨਾਲ ਅਸੀਂ ਕਿਸੇ ਵੀ ਚੀਜ਼ ਨੂੰ ਪਾਰ ਕਰ ਸਕਦੇ ਹਾਂ ਕਹਿੰਦੇ ਆ ਨਾ ਕਿ ਵਕਾਲਤ ਕੀ ਸੀ ਵਕਾਲਤ ਮੇਰੇ ਲਈ ਇੱਕ ਸਮੁੰਦਰ ਸੀ ਮੈਂ ਉਸ ਸਮੁੰਦਰ ਦੇ ਵਿੱਚ ਕੁਦੇ ਆ ਉਸ ਸਮੁੰਦਰ ਦੇ ਵਿੱਚ ਮੈਂ ਛਾਲ ਮਾਰੀ ਔਰ ਮੈਂ ਅੱਜ ਤੈਰ ਕੇ ਬਾਹਰ ਸਿਖਾ ਰਿਹਾ ਹਾਂ ਲੋਕਾਂ ਨੂੰ ਵੀ ਸਿਖਾ ਰਿਹਾ ਹਾਂ ਮੇਰੀ ਟੀਮ ਹੈ ਸਾਰੇ ਅਰਨ ਕਰ ਰਹੇ ਆਂ ਸੇਵਾ ਕਰ ਰਹੇ ਆਂ ਜਸ ਸੇਵਾ ਸੁਸਾਇਟੀ ਪੰਜਾਬ ਦੇ ਵਿੱਚ ਫੇਮਸ ਹੋ ਗਈ ਔਰ ਮੈਂ ਇੱਕ ਗੱਲ ਹੋਰ ਤੁਹਾਨੂੰ ਸਾਰਿਆਂ ਨੂੰ ਕਹਾਂ ਕਿ ਪਲੀਜ਼ ਜਦੋਂ ਵੀ ਕੋਈ ਲੋੜਵੰਦ ਹੋਵੇ ਉਹਦੀ ਮਦਦ ਕਰੋ ਕਦੀ ਤੁਹਾਡਾ ਕੋਈ ਨੁਕਸਾਨ ਨਹੀਂ ਹੋਏਗਾ ਸਿੱਧੀ ਆਂਦੀ ਗੋਲੀ ਜਿਹੜੀ ਹੈ ਨਾ ਤੁਸੀਂ ਕਿਸੇ ਦੀ ਮਦਦ ਕਰੋਗੇ ਗੁਰਨਾਨਕ ਸਾਹਿਬ ਸਾਈਡ ਤੋਂ ਘਟ ਦਨਗੇ 10 ਵਾਰੀ ਮੈਂ ਉਹੋ ਜੀਆਂ ਚੀਜ਼ਾਂ ਤੋਂ ਬਚਿਆ ਹਾਂ ਸੋ ਮਿਲ ਕੇ ਫਿਰ ਜੋਸ਼ ਟੌਕ ਟੀਵੀ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਮੈਨੂੰ ਮੇਰੇ 40 ਸਾਲਾਂ ਦੇ ਵਿੱਚੋਂ ਕੁਝ ਇਨਸੀਡੈਂਟ ਜਿਹੜੇ ਮੈਂ ਜ਼ਿੰਦਗੀ ਲਈ ਪ੍ਰੇਰਨਾ ਸਰੋਤ ਸਾਰਿਆਂ ਲਈ ਰਸਨਾ ਚਾਹੁੰਦਾ ਕਿ ਸਾਰੇ ਇਹੋ ਜੀਆਂ ਚੀਜ਼ਾਂ ਨੂੰ ਫੋਲੋ ਕਰੋ ਤੇ ਤੁਹਾਡੀ ਜ਼ਿੰਦਗੀ ਬਹੁਤ ਵਧੀਆ ਹੋਏਗੀ ਔਰ ਐਂਡ 'ਚ ਸਲੂਟ ਕਰਾਂਗਾ ਆਪਣੀ ਮਾਂ ਨੂੰ ਜਿਨ੍ਹਾਂ ਨੇ ਮੈਨੂੰ ਹੌਸਲਾ ਦਿੱਤਾ ਡੁੱਬਦੇ ਨੂੰ ਸਹਾਰਾ ਦਿੱਤਾ ਤੇ ਮੈਂ ਅੱਜ ਇਸ ਪੋਜੀਸ਼ਨ ਤੇ ਪਹੁੰਚਿਆ ਥੈਂਕ ਯੂ ਵੈਰੀ ਮੱਚ